ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀ ਵੀ ਪੰਜਾਬ ਅਤੇ ਮੈਂ ਹਾਂ ਤੁਹਾਡੀ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੀ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਅਮਰੀਕਾ ਦੀਆਂ ਤਮਾਮ ਵੱਡੀਆਂ ਖਬਰਾਂ ਦੀ। ਅਮਰੀਕਾ ਮੈਕਸੀਕੋ ਬਾਰਡਰ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਹੁਣ ਦੱਸਿਆ ਗਿਆ ਕਿ 4 ਦੇਸ਼ਾਂ ਦੇ ਨਾਲ ਜੁੜੇ ਹੋਏ ਇਮੀਗ੍ਰੈਂਟਸ ਨੂੰ ਅਮਰੀਕਾ ਵੱਲੋਂ ਡਿਪੋਰਟ ਨਹੀਂ ਕੀਤਾ ਜਾਵੇਗਾ। ਜੀ ਹਾਂ, 4 ਜਿਹੜੇ ਦੇਸ਼ ਨੇ ਉਸ ਬਾਰੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਤੁਹਾਨੂੰ ਇਸ ਖਬਰ ਦੇ ਵਿੱਚ ਦੱਸਾਂਗੇ ਕਿ ਆਖਿਰਕਾਰ ਕਿਹੜੇ ਦੇਸ਼ਾਂ ਦੇ ਨਾਲ ਜੁੜੇ ਹੋਏ ਇਮੀਗ੍ਰੈਂਟਸ ਨੂੰ ਹੁਣ ਅਮਰੀਕਾ ਡਿਪੋਰਟ ਨਹੀਂ ਕਰੇਗਾ। ਅਮਰੀਕਾ ਮੈਕਸੀਕੋ ਬਾਰਡਰ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਕਿਹੜੇ ਦੇਸ਼ ਦੇ ਲੋਕਾਂ ਨੂੰ ਹੁਣ ਡਿਪੋਰਟ ਨਹੀਂ ਕੀਤਾ ਜਾਵੇਗਾ। ਜੀ ਹਾਂ, ਅਮਰੀਕਾ ਵੱਲੋਂ ਐਲਾਨ ਕਰਦਿਆਂ ਦੱਸਿਆ ਗਿਆ ਕਿ 4 ਦੇਸ਼ਾਂ ਦੇ ਨਾਲ ਜੁੜੇ ਹੋਏ ਇਮੀਗ੍ਰੈਂਟਸ ਨੂੰ ਹੁਣ ਡਿਪੋਰਟ ਨਹੀਂ ਕੀਤਾ ਜਾਵੇਗਾ। DHS ਵੱਲੋਂ ਇਸ ਬਾਰੇ ਬਿਆਨ ਜਾਰੀ ਕਰ ਦਿੱਤਾ ਗਿਆ। ਇਸ ਮੁੱਦੇ ਦੇ ਉੱਪਰ ਜਾਣਕਾਰੀ ਸਾਂਝੀ ਕਰਦਿਆਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ 18 ਮਹੀਨੇ ਦੀ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਐਕਸਟੈਂਸ਼ਨ ਜਾਰੀ ਕੀਤੀ ਹੈ, ਜਿੱਥੇ ਉਹਨਾਂ ਨੇ 4 ਦੇਸ਼ਾਂ ਨੂੰ ਰਾਹਤ ਦਿੱਤੀ ਜਿਸ ਨਾਲ ਸੰਬੰਧਿਤ ਇਮੀਗ੍ਰੈਂਟਸ ਨੂੰ ਡਿਪੋਰਟ ਨਹੀਂ ਕੀਤਾ ਜਾਵੇਗਾ। ਇਹ 4 ਦੇਸ਼ਾਂ ਦੇ ਨਾਮ ਐਲ ਸਲਵਾਡੋਰ, ਹੋਂਡੁਰਸ, ਨੇਪਾਲ ਅਤੇ ਨਿਕਾਰਾਗੁਆ ਹੈ। ਇਹਨਾਂ ਦੇਸ਼ਾਂ ਦੇ ਨਾਲ ਜੁੜੇ ਹੋਏ 337,000 ਇਮੀਗ੍ਰੈਂਟਸ ਨੂੰ ਰਾਹਤ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਅਮਰੀਕਾ ਡਿਪੋਰਟ ਨਹੀਂ ਕਰੇਗਾ ਅਤੇ ਉਹਨਾਂ ਨੂੰ ਅਮਰੀਕਾ ਵਿੱਚ ਰਹਿਣ ਦਾ ਮੌਕਾ ਮਿਲੇਗਾ। ਇਸ ਵਾਸਤੇ ਵਿਭਾਗ ਵੱਲੋਂ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਜਿਨ੍ਹਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਦੱਸਿਆ ਜਾ ਰਿਹਾ ਕਿ 2 ਲੱਖ ਤੋਂ ਵੱਧ ਅਲ ਸਲਵਾਡੋਰ ਦੇ ਨਾਲ ਸੰਬੰਧਿਤ ਲੋਕ, 76,000 ਤੋਂ ਵੱਧ ਹੋਂਡੁਰਸ ਦੇ ਨਾਲ ਸੰਬੰਧਿਤ ਲੋਕ ਇਸ ਪ੍ਰੋਗਰਾਮ ਦਾ ਫਾਇਦਾ ਲੈ ਸਕਣਗੇ। ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਾਣੀ ਵਿੱਚ ਡੁੱਬ ਗਈ, ਜਿਸ ਤੋਂ ਬਾਅਦ 70 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ। ਕਈ ਅਜੇ ਵੀ ਲਾਪਤਾ ਨੇ ਜਿਨ੍ਹਾਂ ਦੀ ਭਾਲ ਜਾਰੀ ਹੈ। ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੇ ਨਾਲ ਹਾਦਸਾ ਵਾਪਰਿਆ, ਜਿੱਥੇ 78 ਲੋਕਾਂ ਦੀ ਜਾਨ ਚਲੀ ਗਈ। ਹੁਣ ਤੱਕ 100 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਿਆ। ਜੀ ਹਾਂ, ਗ੍ਰੀਸ ਦੇ ਦੱਖਣੀ ਤੱਟ ਨਜ਼ਦੀਕ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਮੱਛੀਆਂ ਫੜਨ ਵਾਲੀ ਕਿਸ਼ਤੀ ਦੇ ਡੁੱਬਣ ਨਾਲ ਘੱਟੋ ਘੱਟ 78 ਲੋਕਾਂ ਦੀ ਜਾਨ ਚਲੀ ਗਈ ਅਤੇ ਦਰਜਨਾਂ ਅਜੇ ਵੀ ਲਾਪਤਾ ਹਨ। ਇਹ ਹਾਦਸਾ ਗ੍ਰੀਸ ਦੇ ਦੱਖਣੀ ਪੈਲੋਪਨੀਸ ਖੇਤਰ ਦੇ ਤੱਟ ਤੋਂ ਕਰੀਬ 75 ਕਿਲੋਮੀਟਰ ਦੂਰ ਵਾਪਰਿਆ। ਰਾਤ ਵੇਲੇ ਵਾਪਰੇ ਇਸ ਹਾਦਸੇ ਤੋਂ ਬਾਅਦ ਵੱਡੇ ਪੱਧਰ 'ਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਹੁਣ ਤੱਕ 104 ਲੋਕਾਂ ਨੂੰ ਬਚਾਇਆ ਜਾ ਚੁੱਕਿਆ। ਬਚਾਏ ਗਏ ਲੋਕਾਂ ਵਿੱਚੋਂ 4 ਜਣਿਆਂ ਨੂੰ ਹਾਈਪੋਥੀਮੀਆ ਦੇ ਚਲਦਿਆਂ ਹਸਪਤਾਲ ਭਰਤੀ ਕਰਵਾਇਆ ਗਿਆ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਕਿਸ਼ਤੀ ਵਿੱਚ ਕਿੰਨੇ ਲੋਕ ਸਵਾਰ ਸਨ ਅਤੇ ਕਿੰਨੇ ਹੋਰ ਸਮੁੰਦਰ ਵਿੱਚ ਲਾਪਤਾ ਹਨ। ਗ੍ਰੀਸ ਦੇ ਕੋਸਟ ਗਾਰਡ ਮੁਤਾਬਕ ਅਜੇ ਤੱਕ 59 ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ। ਲਾਪਤਾ ਲੋਕਾਂ ਦੀ ਤਲਾਸ਼ ਅਤੇ ਬਚਾਅ ਮੁਹਿੰਮ ਦੇ ਵਿੱਚ ਕੋਸਟ ਗਾਰਡ ਦੇ 6 ਜਹਾਜ਼, 1 ਨੇਵੀ ਜਹਾਜ਼, 1 ਫੌਜੀ ਟਰਾਂਸਪੋਰਟ ਏਅਰਕ੍ਰਾਫਟ ਸਨ ਯੂਰਪੀਅਨ ਯੂਨੀਅਨ ਬਾਰਡਰ ਪ੍ਰੋਟੈਕਸ਼ਨ ਏਜੰਸੀ ਅਤੇ ਡਰੋਨ ਮਦਦ ਕਰ ਰਹੇ ਨੇ। ਇਟਲੀ ਨੂੰ ਜਾ ਰਹੀ ਕਿਸ਼ਤੀ ਪੂਰਵੀ ਲੀਬੀਆ ਦੇ ਇਲਾਕੇ ਤੋਂ ਰਵਾਨਾ ਹੋਈ ਮੰਨੀ ਜਾ ਰਹੀ ਹੈ। ਇਟਲੀ ਦੇ ਕੋਸਟ ਗਾਰਡ ਨੇ ਸਭ ਤੋਂ ਪਹਿਲਾਂ ਗ੍ਰੀਸ ਦੇ ਅਧਿਕਾਰੀਆਂ ਅਤੇ ਫਰੈਂਟਿਕਸ ਨੂੰ ਨੇੜੇ ਆ ਰਹੀ ਇਸ ਕਿਸ਼ਤੀ ਬਾਰੇ ਜਾਣਕਾਰੀ ਦਿੱਤੀ ਸੀ। ਲੀਬੀਆ ਦੇ ਅਧਿਕਾਰੀਆਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਪੂਰਵੀ ਲੀਬੀਆ ਵਿੱਚ ਪ੍ਰਵਾਸੀਆਂ 'ਤੇ ਤਕੜੀ ਕਾਰਵਾਈ ਸ਼ੁਰੂ ਕੀਤੀ। ਕਾਰਕੁਨਾਂ ਮੁਤਾਬਕ ਮਿਸਰ, ਸੀਰੀਆ, ਸੁਡਾਨ ਅਤੇ ਪਾਕਿਸਤਾਨ ਦੇ ਪ੍ਰਵਾਸੀਆਂ ਸਮੇਤ ਕਈ ਹਜ਼ਾਰ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਲੀਬੀਆ ਦੇ ਅਧਿਕਾਰੀਆਂ ਨੇ ਬਹੁਤ ਸਾਰੇ ਮਿਸਰੀ ਲੋਕਾਂ ਨੂੰ ਲੈਂਡ ਕਰੋਸਿੰਗ ਪੁਆਇੰਟ ਰਾਹੀਂ ਉਹਨਾਂ ਦੇ ਦੇਸ਼ ਵਾਪਸ ਭੇਜਿਆ। ਪੱਛਮੀ ਲੀਬੀਆ ਵਿੱਚ ਅਧਿਕਾਰੀਆਂ ਨੇ ਪਿਛਲੇ ਕੁਝ ਹਫ਼ਤਿਆਂ ਅੰਦਰ ਰਾਜਧਾਨੀ ਤ੍ਰਿਪੋਲੀ ਅਤੇ ਹੋਰ ਪ੍ਰਵਾਸੀਆਂ ਦਾ ਗੜ੍ਹ ਬਣ ਚੁੱਕੇ ਇਲਾਕੇ 'ਤੇ ਛਾਪੇਮਾਰੀ ਕੀਤੀ। ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਏਜੰਸੀ ਦੇ ਮੁਤਾਬਕ ਘੱਟੋ ਘੱਟ 1,800 ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਸਰਕਾਰ ਦੁਆਰਾ ਚਲਾਏ ਗਏ ਨਜ਼ਰਬੰਦੀ ਕੇਂਦਰ ਵਿੱਚ ਲਿਜਾਇਆ ਗਿਆ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਬਾਈਡਨ ਦੇ ਖਿਲਾਫ਼ ਸ਼ਬਦੀ ਹਮਲਾ ਕੀਤਾ ਗਿਆ ਹੈ, ਜਿੱਥੇ ਉਹਨਾਂ ਨੇ ਕਾਫ਼ੀ ਜ਼ਿਆਦਾ ਭੜਾਸ ਕੱਢੀ ਹੈ। ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਕਾਫ਼ੀ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰਾਸ਼ਟਰਪਤੀ ਬਾਈਡਨ ਦੇ ਉੱਪਰ ਸ਼ਬਦੀ ਹਮਲਾ ਕੀਤਾ ਗਿਆ, ਜਿੱਥੇ ਫੈਡਰਲ ਕੋਰਟ ਤੋਂ ਬਾਅਦ ਉਹਨਾਂ ਵੱਲੋਂ ਇੱਕ ਭਾਸ਼ਣ ਦਿੱਤਾ ਗਿਆ ਅਤੇ ਭਾਸ਼ਣ ਦੇ ਵਿੱਚ ਉਹ ਬਾਈਡਨ ਦੇ ਖਿਲਾਫ਼ ਬੋਲਦੇ ਹੋਏ ਦਿਖਾਈ ਦਿੱਤੇ। ਇਸ ਦੌਰਾਨ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। The incompetent district attorney in New York indicts Trump for a crime that everybody agrees, every pundit, everybody, there is no crime. But murderers go out and nobody ever even comes and knocks on their door and they know they're there and they know their rooms and they know their locations. And they're roaming our cities all over. And some of them are coming in right now through our borders. But then you have a nation that, as we are, is in serious, serious decline. We have a nation in serious decline.
If the communists get away with this, it won't stop with me. They will not hesitate to ramp up their persecution of Christians, pro-life activists, parents attending school board meetings, and even future Republican candidates, which they do. We must end it permanently, and we must end it immediately. Now that the seal, so important, is broken, the seal is broken by what they've done. They should never have done this. This was an unwritten rule. You just don't, unless it's really bad. But you just don't. But the seal is now broken. In addition to closing the border and removing all of the criminal elements that have illegally invaded our country, making America energy independent and even dominant again, and immediately ending the war between Russia and Ukraine, I'll have it ended in 24 hours. I will appoint a real special prosecutor to go after the most corrupt president in the history of the United States of America, Joe Biden, and the entire Biden crime family. Name a special prosecutor. And all others involved with the destruction of our elections, our borders, and our country itself. They're destroying our country. And when I'm reelected, and we will get reelected, we have no choice. We're not going to have a country anymore. I will totally obliterate the deep state. America to ek manpak ki khabar samne aayi hai jithe party munde naujawan di maut ho gayi. Naujawan 20 saal da dassya gaya. Store de vich dakhil hoke shakki walo goliyan chalaiyan gayiyan jis karan naujawan di jaan chali gayi. America to party bhai chare de naal judi hoyi manpak ki khabar samne aayi hai jithe party munde 21 saala naujawan di maut ho gayi. ਇਹ ਘਟਨਾ ਲੁੱਟ ਦੌਰਾਨ ਵਾਪਰੀ ਹੈ ਜਿਸ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਜਨਤਕ ਕੀਤੀ ਜੀ ਹਾਂ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਵਿਸਾਲੀਆ ਵਿਖੇ ਇੱਕ ਅਜਿਹਾ ਮਾਮਲਾ ਵਾਪਰਿਆ ਜਿੱਥੇ ਸ਼ਰਾਬ ਦੀ ਦੁਕਾਨ 'ਤੇ ਲੁੱਟ ਦੀ ਨੀਅਤ ਨੂੰ ਲੈ ਕੇ ਗੋਲੀਬਾਰੀ ਹੋਈ ਹੈ ਇਸ ਗੋਲੀਬਾਰੀ ਵਿੱਚ ਆਪਣੇ ਹੀ ਸ਼ਰਾਬ ਦੇ ਸਟੋਰ 'ਤੇ ਰਾਤ ਨੂੰ ਕੰਮ ਕਰਦੇ ਭਾਰਤ ਤੋਂ ਹਰਿਆਣਾ ਨਾਲ ਸੰਬੰਧਿਤ ਪਰਿਵਾਰ ਦੇ 20 ਸਾਲਾ ਨੌਜਵਾਨ ਦੀ ਜਾਨ ਚਲੀ ਗਈ ਜਾਣਕਾਰੀ ਮੁਤਾਬਕ 16 ਸਾਲਾ ਹਥਿਆਰਬੰਦ ਸ਼ੱਕੀ ਜੋ ਇਸ ਘਟਨਾ ਦੇ ਨਾਲ ਜੁੜਿਆ ਹੋਇਆ ਸੀ ਉਸ ਦੀ ਵੀ ਮੌਤ ਹੋ ਗਈ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਸਾਲਾ ਨੌਜਵਾਨ ਨੇ ਸਟੋਰ ਲੁੱਟਣ ਦੀ ਕੋਸ਼ਿਸ਼ ਕੀਤੀ ਨੌਜਵਾਨ ਅਤੇ ਹਥਿਆਰਬੰਦ ਡਕੈਤ ਨੇ ਇੱਕ ਦੂਸਰੇ 'ਤੇ ਗੋਲੀਆਂ ਚਲਾਈਆਂ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਵਿਸਾਲੀਆ ਪੁਲਿਸ ਦਾ ਕਹਿਣਾ ਹੈ ਕਿ ਇੱਕ 20 ਸਾਲਾ ਨੌਜਵਾਨ ਅਤੇ 16 ਸਾਲਾ ਸ਼ੱਕੀ ਵਿਅਕਤੀ ਦੀ ਇਸ ਘਟਨਾ ਦੇ ਵਿੱਚ ਜਾਨ ਗਈ ਹੈ ਇਹ ਮਾਮਲਾ ਐਤਵਾਰ ਰਾਤ ਨੂੰ 11 ਵਜੇ ਦੇ ਕਰੀਬ ਸਾਹਮਣੇ ਆਇਆ ਸੀ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਅਗਲੀ ਅਪਡੇਟ ਦਿੱਤੀ ਜਾਵੇਗੀ ਬਾਈਡਨ ਪ੍ਰਸ਼ਾਸਨ ਖਿਲਾਫ ਸਦਨ ਦੇ ਵਿੱਚ ਇੱਕ ਵਾਰ ਫਿਰ ਤੋਂ ਮੁੱਦਾ ਉੱਠਿਆ ਜਿੱਥੇ ਬਾਈਡਨ ਪ੍ਰਸ਼ਾਸਨ ਦੇ ਖਿਲਾਫ ਗੱਲ ਕੀਤੀ ਗਈ ਹੈ ਪੂਰੀ ਜਾਣਕਾਰੀ ਤੁਹਾਨੂੰ ਇਸ ਖਬਰ ਵਿੱਚ ਦੇਵਾਂਗੇ ਐਫਬੀਆਈ ਆਫੀਸ਼ੀਅਲ ਦੇ ਖਿਲਾਫ ਟੈਡ ਵੱਲੋਂ ਆਪਣਾ ਪੱਖ ਰੱਖਿਆ ਗਿਆ ਜਿੱਥੇ ਉਹਨਾਂ ਨੇ ਬਾਈਡਨ ਪ੍ਰਸ਼ਾਸਨ ਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਸਦਨ ਦੇ ਵਿੱਚ ਉਹਨਾਂ ਵੱਲੋਂ ਇਸ ਨੂੰ ਲੈ ਕੇ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ If you are not, every one of you should be deeply concerned about the damage being done to the integrity of the institutions in which you operate. My office hears regularly from FBI agents and from assistant U.S. attorneys who are likewise concerned about the politicization and weaponization of the Department of Justice and the FBI, and this is profoundly damaging to the rule of law in our nation. Last month, a whistleblower brought to light the existence in the FBI of a report, an FD 1023, in which the informant alleges that President Biden and his family members engaged in a $5 million bribery scheme during his time as vice president. Deputy Director Abadi, is it true that the FBI has a report making those allegations? I'm not going to comment on that, Senator. And why is that? I'm just not going to comment on information we received, investigations, or Do you owe an matters. Obligation to the American people to be candid about evidence of corruption by the President of the United States? This is an area that I'm not going to get into with you, Senator. Well, I understand you don't want to, and that's why people are mad at the FBI, because you're stonewalling and covering up serious allegations of evidence of corruption from the President. Yesterday, Senator Chuck Grassley stood on the Senate floor and alleged that there are 17 recordings of this informant from Burisma, Ukrainian natural gas company,
15 of them are recordings, voice recordings of him talking to Hunter Biden. 2 of them are voice recordings of him talking to Joe Biden. Deputy Director Abate, does the FBI have 17 voice recordings laying out evidence of a bribery scheme? ਇਸ ਸਨ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਅਮਰੀਕਾ ਤੋਂ ਖਾਸ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਂ ਰਿੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।